ਉਹ ਖਤ ਪਾਵੇ ਜਾਂ ਨਾ ਪਾਵੇ ਪਰ ਮੇਰਾ ਪੈਗਾਮ ਲਿਖ ਦੇਣਾ। ਉਹ ਖਤ ਪਾਵੇ ਜਾਂ ਨਾ ਪਾਵੇ ਪਰ ਮੇਰਾ ਪੈਗਾਮ ਲਿਖ ਦੇਣਾ। ਉਹ ਕਬੂਲਣ ਜਾਂ ਨਾ ਕਬੂਲਣ ਪਰ ਮੇਰਾ ਸਲਾਮ ਲਿਖ ਦੇਣਾ। ਡੀਡੀ ਪੰਜਾਬੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਜਸਬੀਰ ਕੌਰ ਜੱਸੀ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਘਰ ਬਾਰ ਦੇ ਵਿੱਚ ਬਹੁਤ ਬਹੁਤ ਸਵਾਗਤ। ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਨਸਾਨ ਕੁਦਰਤ ਦਾ ਬਣਾਇਆ ਹੋਇਆ ਕਿ ਸਰਵ ਸ੍ਰੇਸ਼ਟ ਪ੍ਰਾਣੀ ਹੈ ਅਤੇ ਹਰ ਇਨਸਾਨ ਦੀ ਆਪਣੀ ਹੀ ਤਬੀਅਤ ਅਤੇ ਆਪਣੀ ਹੀ ਇੱਕ ਵੱਖਰੀ ਕਹਾਣੀ ਹੈ। ਪਰ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਆਪਣੇ ਆਪ ਨੂੰ ਸੋਹਣਾ, ਸੁਨੱਖਾ, ਨਿਵੇਕਲਾ ਅਤੇ ਪ੍ਰਭਾਵਸ਼ਾਲੀ ਦਿਖਾਉਣ ਲਈ ਬੜਾ ਹੀ ਤਤਪਰ ਹੈ ਅਤੇ ਬੜੇ ਹੀ ਅਜਿਹੇ ਪਾਪੜ ਵੇਲਦਾ ਹੈ ਜਿਹੜੇ ਕਿ ਸ਼ਾਇਦ ਉਹਦੀ ਪਹੁੰਚ ਤੋਂ ਵੀ ਬਾਹਰ ਹੁੰਦੇ ਨੇ। ਪਰ ਕੁਝ ਇਨਸਾਨ ਅਜਿਹੇ ਹੁੰਦੇ ਨੇ ਜਿਹੜੇ ਕਿ ਆਪਣੇ ਅੰਦਰਲੇ ਗੁਣਾਂ ਨੂੰ ਪਹਿਚਾਣ ਕੇ ਆਪਣੇ ਹੁਨਰਾਂ ਦੇ ਸਦਕਾ ਬਹੁਤ ਵੱਡੀਆਂ ਉਚਾਈਆਂ ਪ੍ਰਾਪਤ ਕਰ ਲੈਂਦੇ ਨੇ ਅਤੇ ਉਹਨਾਂ ਨੂੰ ਕਿਸੇ ਬਾਹਰੀ ਫੈਸ਼ਨ, ਬਾਹਰੀ ਦਿਖਾਵੇ ਦੀ ਕਦੀ ਲੋੜ ਨਹੀਂ ਪੈਂਦੀ। ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਸਿਰਫ ਬਾਹਰੀ ਦਿਖਾਵੇ 'ਤੇ ਹੀ ਜ਼ੋਰ ਦਿੰਦੇ ਨੇ ਪਰ ਉਹਨਾਂ ਅੰਦਰ ਹੁਨਰ ਨਹੀਂ ਹੁੰਦਾ ਜਾਂ ਆਪਣੀ ਕਲਾ ਨੂੰ ਨਹੀਂ ਪਹਿਚਾਣਦੇ। ਸੋ ਦਰਸ਼ਕੋ, ਸਾਡੇ ਅੱਜ ਦੇ ਪ੍ਰੋਗਰਾਮ ਘਰ ਬਾਰ ਦਾ ਵਿਸ਼ਾ ਵੀ ਬਿਲਕੁਲ ਅਜਿਹਾ ਹੀ ਹੈ, ਅਜੋਕਾ ਫੈਸ਼ਨ ਅਤੇ ਸਮਾਜ। ਸੋ ਇਸ ਵਿਸ਼ੇ 'ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਦੋ ਮਹਿਮਾਨ ਮੌਜੂਦ ਨੇ। ਸੋ ਮੈਂ ਦਰਸ਼ਕਾਂ ਦੇ ਨਾਲ ਉਹਨਾਂ ਦਾ ਇੱਕ ਰਸਮੀ ਤਾਰੁਫ ਕਰਵਾ ਦੇਵਾਂ। ਸੋ ਮੇਰੇ ਬਿਲਕੁਲ ਨਾਲ ਹੀ ਬੈਠੇ ਨੇ ਮੈਡਮ ਰੀਨਾ ਸ਼ਰਮਾ ਜੀ, ਜਿਹੜੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੇ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਨੇ। ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ। ਅਤੇ ਸਾਡੇ ਦੂਜੇ ਮਹਿਮਾਨ ਜਿਹੜੇ ਕਿ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ, ਮੈਡਮ ਹਰਪ੍ਰੀਤ ਕੌਰ ਜੀ, ਜਿਹੜੇ ਕਿ ਹੈੱਡ ਆਫ ਡਿਪਾਰਟਮੈਂਟ ਨੇ ਫੈਸ਼ਨ ਡਿਜ਼ਾਈਨਿੰਗ KMV ਜਲੰਧਰ ਦੇ ਵਿੱਚ। ਮੈਮ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਧੰਨਵਾਦ ਜੀ। ਅੱਛਾ ਮੈਮ, ਪਹਿਲਾਂ ਤਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਮੈਂ ਇੱਕ ਬੜੇ ਖੂਬਸੂਰਤ ਲਫ਼ਜ਼ ਤੁਹਾਡੇ ਲਈ ਕਹਿਣਾ ਚਾਹਾਂਗੀ ਕਿ ਸਾਡੇ ਜਿਹੜੇ ਮਹਿਮਾਨ ਆ ਜਿੰਨੇ ਪਿਆਰੇ ਲੱਗ ਰਹੇ ਨੇ ਔਰ ਸਾਦਗੀ ਭਰਪੂਰ ਇਹ ਸੁੰਦਰਤਾ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜੀ ਇੱਕ ਵੱਖਰੀ ਨੁਹਾਰ ਰੱਖਦੀ ਹੈ। ਸੋ ਮੁਬਾਰਕਬਾਦ ਤੁਹਾਨੂੰ ਉਹਦੇ ਵਾਸਤੇ। ਜੱਸੀ, ਬਹੁਤ ਬਹੁਤ ਧੰਨਵਾਦ। ਪਰ ਮੈਨੂੰ ਲੱਗਦਾ ਤੁਹਾਡੀ ਨਜ਼ਰਾਂ 'ਚ ਉਹ ਸੁਅੱਪਨ ਹੈਗਾ, ਸਾਡੇ 'ਚ ਪਤਾ ਨਹੀਂ ਹੈ ਕਿ ਨਹੀਂ। ਵਾਹ, ਕਿਆ ਬਾਤ ਹੈ। ਇਹ ਆਪਣੀ ਸੋਚ ਦਾ ਹੈ ਕਿ ਅਗਰ ਖੂਬਸੂਰਤ ਸੋਚ ਹੈ ਤਾਂ ਵਾਕਈ ਉਸ ਫੈਸ਼ਨ, ਬਾਹਰੀ ਫੈਸ਼ਨ ਦੀ ਲੋੜ ਨਹੀਂ ਹੁੰਦੀ। ਜੀ ਬਿਲਕੁਲ, ਮੈਂ ਵੀ ਇਹੀ ਮੰਨਦੀ ਹਾਂ। ਜੀ ਬਿਲਕੁਲ। ਮੈਡਮ, ਜਦੋਂ ਵੀ ਇਨਸਾਨ ਆਪਣੇ ਕੰਮਾਂ ਕਾਰਨ ਲਈ ਨਿਕਲਦਾ ਹੈ ਉਹਦੀ ਸ਼ੁਰੂਆਤ ਹਮੇਸ਼ਾ ਹੀ ਘਰ ਤੋਂ ਹੁੰਦੀ ਹੈ। ਜਦੋਂ ਇਨਸਾਨ ਨੂੰ ਪਰਮਾਤਮਾ ਨੇ ਪੈਦਾ ਕਰ ਦਿੱਤਾ ਤਾਂ ਸ਼ਾਇਦ ਕਿਤੇ ਨਾ ਕਿਤੇ ਫੈਸ਼ਨ ਪਹਿਲੇ ਦਿਨ ਤੋਂ ਹੀ ਉਹਦੇ ਨਾਲ ਜੁੜਿਆ ਹੋਇਆ ਸੀ। ਸੋ ਮੈਡਮ, ਮੈਂ ਤੁਹਾਡੇ ਵੱਲ ਆਉਣਾ ਚਾਹਾਂਗੀ ਕਿ ਮੈਂ ਤੁਹਾਡੇ ਕੋਲ ਇਹ ਪੁੱਛਦੀ ਕਿ ਫੈਸ਼ਨ ਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ ਅਤੇ ਸਮਾਜ ਨਾਲ ਕਿਵੇਂ ਜੋੜਦੇ ਹੋ? ਬਿਲਕੁਲ ਜੱਸੀ, ਕਿਉਂਕਿ ਅੱਜ ਦੀ ਸਾਡੀ ਜਿਹੜੀ ਚਰਚਾ ਹੈ ਜੀ, ਉਹ ਹੈ ਹੀ ਇਸ ਚੀਜ਼ ਵਾਸਤੇ ਕਿ ਸਮਾਜ ਅਤੇ ਫੈਸ਼ਨ ਦਾ ਆਪਸ 'ਚ ਕੀ ਸੰਬੰਧ ਹੈ। ਜੀ, ਅਸਲ 'ਚ ਮਨੋਵਿਗਿਆਨਿਕ ਵੀ ਮੰਨਦੇ ਨੇ ਕਿ ਜਿਹੜਾ ਫੈਸ਼ਨ ਹੈ ਇਹ ਇਨਸਾਨ ਦੀ ਜਿਹੜੀ ਪ੍ਰਵਿਰਤੀ ਹੈ ਉਹਦੇ ਵਿੱਚ ਹੀ ਮੌਜੂਦ ਹੈ। ਬਿਲਕੁਲ, ਮੁੱਢ ਕਾਲ ਤੋਂ ਹੀ ਜਦੋਂ ਇਸ ਤੋਂ ਮਨੁੱਖਤਾ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਇਨਸਾਨ ਵਧੀਆ 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 ਦਿਖਣ ਦੀ ਕੋਸ਼ਿਸ਼ ਕਰਦਾ ਹੈ। ਇਸ ਜਿਹੜੀ ਤਰੱਕੀ ਦੀ ਇੱਛਾ ਹੈ ਉਸ ਇੱਛਾ ਦੇ ਨਾਲ ਜਿਹੜਾ ਉਹਦਾ ਰਹਿਣਾ ਸਹਿਣਾ, ਉਹਦਾ ਖਾਣਾ ਪੀਣਾ, ਉਹਦਾ ਪਹਿਰਾਵਾ, ਇਹਦੇ 'ਚ ਜੋ ਤਬਦੀਲੀ ਆਉਂਦੀ ਹੈ ਇਹਨੂੰ ਹੀ ਅਸੀਂ ਫੈਸ਼ਨ ਦਾ ਨਾਮ ਦਿੰਦੇ ਹਾਂ। ਠੀਕ ਹੈ ਜੀ। ਅਤੇ ਇਹਦਾ ਮਤਲਬ ਕਿ ਜਦੋਂ ਵੀ ਇਨਸਾਨ ਪੈਦਾ ਹੋਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਫੈਸ਼ਨ ਕਰਦਾ ਹੀ ਆਇਆ ਹੈ। ਬਿਲਕੁਲ, ਫੈਸ਼ਨ ਵੀ ਕਰਦਾ ਆਇਆ ਔਰ ਇਹ ਇੱਕ ਪ੍ਰਵਿਰਤੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ। ਹਾਂਜੀ, ਜਦੋਂ ਅਸੀਂ ਕੋਈ ਚੰਗੀ ਚੀਜ਼ ਪਾਉਂਦੇ ਹਾਂ ਜਾਂ ਚੰਗੀ ਚੀਜ਼ ਖਾਂਦੇ ਹਾਂ ਜਾਂ ਕੋਈ ਚੰਗਾ ਕੰਮ ਕਰਦੇ ਹਾਂ ਇਹ ਸਾਨੂੰ ਇੱਕ ਮਾਨਸਿਕ ਸਕੂਨ ਵੀ ਦਿੰਦਾ। ਬਿਲਕੁਲ ਜੀ, ਬਿਲਕੁਲ। ਅਤੇ ਇਸ ਕਰਕੇ ਜ਼ਰੂਰੀ ਨਹੀਂ ਕਿ ਸਿਰਫ ਕੱਪੜੇ ਪਾਉਣਾ ਜਾਂ ਕੋਈ ਬਾਹਰੀ ਦਿੱਖ ਦੇ ਵਿੱਚ ਤਬਦੀਲੀ ਲੈ ਕੇ ਆਉਣਾ ਹੀ ਫੈਸ਼ਨ ਹੈ। ਮੇਰੇ ਹਿਸਾਬ ਦੇ ਨਾਲ ਤਾਂ ਅੱਜ ਦੇ ਸਮੇਂ ਦੀ ਇਹ ਜ਼ਰੂਰਤ ਹੈ ਕਿ ਅਸੀਂ ਆਪਣੀ ਸੋਚ ਦੇ ਵਿੱਚ ਫੈਸ਼ਨ ਲੈ ਕੇ ਆਈਏ, ਨਾ ਕਿ ਆਪਣੇ ਪਹਿਰਾਵੇ ਦੇ ਵਿੱਚ। ਬਿਲਕੁਲ ਜੀ। ਮੈਡਮ ਹਰਪ੍ਰੀਤ ਜੀ, ਤੁਹਾਡੇ ਵੱਲ ਆਉਣਾ ਚਾਹਾਂਗੀ ਜੀ। ਅਸੀਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਹਰ ਚੀਜ਼ ਦੀ ਸ਼ੁਰੂਆਤ ਸਾਡੇ ਘਰ ਤੋਂ ਹੁੰਦੀ ਹੈ। ਜੀ ਬਿਲਕੁਲ। ਕੋਈ ਵਕਤ ਹੁੰਦਾ ਸੀ ਸਾਡੇ ਪੰਜਾਬ ਦੇ ਖਾਸ ਤੌਰ, ਵੈਸੇ ਤਾਂ ਪੂਰੇ ਭਾਰਤ ਦੇ ਹੀ ਘਰ ਕੱਚੇ, ਬਹੁਤ ਹੀ ਇੱਕ ਵੱਡੇ ਪਰਿਵਾਰ, ਸਾਰੇ ਪਰਿਵਾਰ 'ਚ ਮਿਲਵਰਤਨ, ਮਿਲਾਪ ਹੁੰਦਾ ਸੀ। ਬਿਲਕੁਲ। ਜਿਵੇਂ ਜਿਵੇਂ ਸ਼ਾਇਦ ਕਹਿੰਦੇ ਤਰੱਕੀ ਵਧੀ ਅਤੇ ਬਹੁਤ ਸਾਰਾ ਭਾਰਤੀ ਪੰਜਾਬੀ NRI ਹੋ ਗਿਆ। ਸੋ ਸਾਡੇ ਘਰਾਂ ਦੇ ਨਕਸ਼ੇ, ਘਰਾਂ ਦਾ ਸਾਜੋ ਸਮਾਨ, ਇੱਥੋਂ ਤੱਕ ਕਿ ਸਾਡੇ ਖਾਣ ਪੀਣ ਦਾ ਜੋ ਸਮਾਨ ਹੈ ਉਹਦੇ ਵਿੱਚ ਵੀ ਸ਼ਾਇਦ ਪੱਛਮੀਅਤ ਆ ਗਈ। ਕਿਸੇ ਟਾਈਮ ਕਹਿੰਦੇ ਸੀ ਕਿ ਮੰਜਿਆਂ 'ਤੇ ਬਹਿੰਦੇ ਸੀ, ਕੋਲ ਕੋਲ ਰਹਿੰਦੇ ਸੀ, ਸੋਫੇ ਬੈੱਡ ਆ ਗਏ, ਦੂਰੀਆਂ ਵਧਾ ਗਏ। ਸਾਡੇ ਸੋਫਿਆਂ ਦੀ ਥਾਂ, ਮੰਜਿਆਂ ਦੀ ਥਾਂ 'ਤੇ ਸੋਫੇ ਬੈੱਡ ਆ ਗਏ, ਨਲਕਿਆਂ ਦੀ ਥਾਂ 'ਤੇ ਟੂਟੀਆਂ ਟੈਂਕੀਆਂ ਆ ਗਈਆਂ, ਸਾਂਝੇ ਚੁੱਲ੍ਹਿਆਂ ਦੀ ਥਾਂ 'ਤੇ ਜਿਹੜੇ ਤੰਦੂਰ ਹੁੰਦੇ ਸੀ ਉਹਨਾਂ 'ਤੇ ਗੈਸ ਚੁੱਲ੍ਹੇ ਆ ਗਏ। ਹੁਣ ਤੁਹਾਨੂੰ ਕੀ ਲੱਗਦਾ ਕਿ ਪੱਛਮੀਅਤ ਭਾਰੀ ਹੋ ਗਈ ਜਾਂ ਇਹ ਸੱਚੀ ਤਰੱਕੀ ਦਾ ਹੀ ਨਤੀਜਾ ਆ? ਦੇਖੋ ਜੱਸੀ, ਮੈਂ ਕਹਾਂਗੀ ਕਿ ਇੱਕ ਅਸੀਂ ਅੱਜ ਕੱਲ੍ਹ ਇੱਕ ਗਲੋਬਲ ਵਿਲੇਜ ਵਿੱਚ ਰਹਿ ਰਹੇ ਹਾਂ, ਇੱਕ ਸਾਂਝਾ ਸਮਾਜ ਬਣ ਗਿਆ ਸਾਡਾ। ਅਤੇ ਮੈਂ ਨਹੀਂ ਮੰਨਦੀ ਕਿ ਕੋਈ ਵੀ ਕਲਚਰ ਬੁਰਾ ਹੈ, ਉਹ ਸਾਡੇ ਤੋਂ ਅਲੱਗ ਜ਼ਰੂਰ ਹੈ।
ਬੁਰਾ ਨਹੀਂ ਹੈ, ਪਰ ਅਸੀਂ ਇਹ ਆਪਣਾ ਸਾਡੀ ਸੋਚ ਹੋਣੀ ਚਾਹੀਦੀ ਹੈ, ਸਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਉਹਦੇ ਤੋਂ ਕੀ ਗ੍ਰਹਿਣ ਕਰਨਾ ਔਰ ਕੀ ਨਹੀਂ ਲੈਣਾ ਜੀ। ਹੁਣ ਤੁਸੀਂ ਦੇਖੋਗੇ, ਕਹੋਗੇ ਕਿ ਭਾਰੀ ਪੈ ਰਿਹਾ। ਦੇਖੋ ਕੁਛ ਕੱਪੜੇ ਅਗਰ ਅਸੀਂ ਵੈਸਟਰਨ ਹੈ ਨਾ ਪੱਛਮੀ ਪਹਿਰਾਵੇ ਦੇ ਪਾ ਰਹੇ ਹਾਂ, ਉਹ ਸ਼ਾਇਦ ਇਸ ਕਰਕੇ ਪਾ ਰਹੇ ਹਾਂ ਕਿਉਂਕਿ ਉਹ ਸਾਨੂੰ ਕੰਫਰਟੇਬਲ ਲੱਗ ਰਿਹਾ। ਬਿਲਕੁਲ, ਕੰਮ ਕਾਜ ਕਰਨ 'ਚ, ਬੱਸਾਂ 'ਚ ਚੜ੍ਹਨ 'ਚ, ਹੁਣ ਮੈਂ ਅਗਰ ਸਾੜੀ ਪਾ ਕੇ ਬੱਸ 'ਚ ਭੱਜਦੀ ਹੋਈ ਚੜ੍ਹਾਂ ਤਾਂ ਸ਼ਾਇਦ ਮੈਨੂੰ ਮੁਸ਼ਕਿਲ ਲੱਗੇਗਾ। ਹਾਂ ਬਿਲਕੁਲ। ਪਰ ਉਹੀ ਅਗਰ ਮੈਂ ਪੈਂਟ ਪਾਈ ਹੋਏ, ਜੀਨਸ ਪਾਈ ਹੋਏ, ਅਤੇ ਇੱਕ ਅਗਰ ਮੇਰੀ ਜ਼ਰੂਰਤ ਦੇ ਹਿਸਾਬ ਨਾਲ ਮੈਂ ਉਹਨੂੰ ਦੇਖਾਂ ਤਾਂ ਸ਼ਾਇਦ ਉਹ ਮੇਰੇ ਵਾਸਤੇ ਬਿਹਤਰ ਹੈ। ਪਰ ਅਗਰ ਮੈਂ ਉਹਨੂੰ ਇੰਨਾ ਕੁ ਅਪਣਾ ਲਾਂ ਕਿ ਉਹ ਗਲਤ ਤਰੀਕੇ ਦੀ ਨਜ਼ਰਾਂ ਨੂੰ ਇਨਵਾਈਟ ਕਰ ਰਿਹਾ ਤੇ ਫਿਰ ਉਹ ਮੇਰੇ ਵਾਸਤੇ ਸਹੀ ਨਹੀਂ ਹੈ। ਤੇ ਇਹ ਬਿਲਕੁਲ ਮੇਰੀ ਸਮਝ ਹੋਣੀ ਚਾਹੀਦੀ ਹੈ ਕਿ ਮੇਰੇ ਵਾਸਤੇ ਕੀ ਸਹੀ ਹੈ, ਕਿੰਨਾ ਮੈਂ ਉਹਨੂੰ ਅਪਣਾਉਣਾ ਹੈ ਕਿ ਨਹੀਂ ਅਪਣਾਉਣਾ। ਬਿਲਕੁਲ। ਔਰ ਮੈਨੂੰ ਲੱਗਦਾ ਅੱਜ ਦਾ ਯੂਥ ਬਹੁਤ ਸਮਝਦਾਰ ਹੈ। ਬਿਲਕੁਲ। ਉਹ ਡੇ ਟੂ ਡੇ ਹਰ ਰੋਜ਼ ਦੇ ਪਹਿਰਾਵੇ ਵਿੱਚ ਜ਼ਰੂਰ ਵੈਸਟਰਨ ਵੇਅਰ ਨੂੰ ਅਪਣਾ ਰਿਹਾ, ਪਰੰਤੂ ਆਪਣੇ ਜਿਹੜੇ ਪਰੰਪਰਾਗਤ ਸਾਡੇ ਵਿਆਹ ਸ਼ਾਦੀਆਂ ਹੈ, ਕਦੀ ਦੇਖਿਆ ਤੁਸੀਂ ਜੀਨਸ 'ਚ ਵਿਆਹ ਹੁੰਦਾ ਹੋਇਆ? ਬਿਲਕੁਲ ਨਹੀਂ। ਉਹ ਸਭ ਚਾਹੁੰਦੇ ਆ ਆਪਣਾ ਮਨ ਭਾਉਂਦਾ ਪੰਜਾਬੀ ਸੋਹਣਾ ਪਹਿਰਾਵਾ ਪਾ ਕੇ ਅਸੀਂ ਵਿਆਹ ਕਰੀਏ, ਆਪਣੇ ਸਗਨ ਕਰੀਏ, ਆਪਣੀ ਪਰੰਪਰਾਵਾਂ ਨਿਭਾਈਏ। ਬਿਲਕੁਲ ਬਿਲਕੁਲ। ਸੋ ਇਹ ਬਹੁਤ ਹੀ ਅੱਛਾ ਇੱਕ ਮਿਕਸਅਪ ਜ਼ਰੂਰ ਹੋਣਾ ਚਾਹੀਦਾ ਔਰ ਇਹਦੇ ਵਿੱਚ ਸਾਡੀ, ਮੈਂ ਜਿਵੇਂ ਕਿਹਾ, ਸਮਝ ਦਾ ਬਹੁਤ ਹੀ ਲੈਣਾ ਦੇਣਾ ਹੈ। ਬਿਲਕੁਲ। ਉਹ ਕਹਿੰਦੇ ਹੁੰਦੇ ਨਾ ਕਿ ਖਾਓ ਮਨ ਪਾਉਂਦਾ ਅਤੇ ਪਾਓ ਜਗ ਪਾਉਂਦਾ। ਅਗਰ ਪੰਜਾਬ ਦੇ ਵਿਆਹ ਵਿੱਚ ਹੋ ਤਾਂ ਅਗਰ ਉੱਦਾਂ ਦੇ ਹੀ ਪਾਓਗੇ ਤਾਂ ਚੰਗੇ ਲੱਗੋਗੇ, ਜੇ ਉਹੀ ਤੁਸੀਂ ਬੰਬੇ 'ਚੋਂ, ਅਮੈਰੀਕਾ, ਇੰਗਲੈਂਡ ਹੋ ਤਾਂ ਫਿਰ ਸ਼ਾਇਦ ਹੋਰ ਗੱਲ ਹੈ ਜੀ। ਜੱਸੀ ਜੀ, ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹੁੰਦੀ ਹਾਂ। ਜੀ ਜੀ। 90s ਦੇ ਵਿੱਚ ਜਿਹੜਾ ਇੰਡੀਆ ਦਾ ਇਕਨੋਮਿਕ ਜਿਹੜੀ ਸਟ੍ਰੈਟੇਜੀ ਸੀਗੀ ਜੀ ਜੀ, ਉਹ ਇਹ ਰਹੀ ਕਿ ਅਸੀਂ ਬਾਹਰਲੇ ਮੁਲਕਾਂ ਦੇ ਨਾਲ ਜ਼ਿਆਦਾ ਜਿਹੜੇ ਰਿਸ਼ਤੇ ਸੀ ਉਹਨਾਂ ਨੂੰ ਲਿਬਰਲਾਈਜ਼ੇਸ਼ਨ ਸ਼ੁਰੂ ਕੀਤਾ। ਬਿਲਕੁਲ। ਉਹਦੇ 'ਚ ਇੱਕ ਚੀਜ਼ ਇਹ ਬਣੀ ਕਿ ਉਹਨਾਂ ਨੂੰ ਸਾਡਾ ਜਿਹੜਾ ਇੰਡੀਆ ਸੀ ਉਹ ਇੱਕ ਬਹੁਤ ਵੱਡੀ ਮੰਡੀ ਦੇ ਤੌਰ 'ਤੇ ਨਜ਼ਰ ਆਇਆ ਜੀ। ਯੂਥ ਜ਼ਿਆਦਾ, ਔਰ ਦੂਸਰੀ ਚੀਜ਼ ਇਹ ਹੈ ਕਿ ਸਾਡੀ ਸੱਭਿਅਤਾ 'ਚ ਆਜ਼ਾਦੀ ਰਹੀ ਹੈ ਨੌਜਵਾਨਾਂ ਨੂੰ ਕਿ ਉਹ ਆਪਣੇ ਫੈਸਲੇ ਵੀ ਕਰਦੇ ਨੇ ਜੀ, ਔਰ ਜਿਹੜੇ ਪਰਿਵਾਰ ਦੇ ਵਿੱਚ ਵੀ ਅਸੀਂ ਕੋਈ ਚੀਜ਼ ਨੂੰ ਪਰਚੇਜ਼ ਕਰਨਾ ਜਾਂ ਕੋਈ ਚੀਜ਼ ਨੂੰ ਐਪਲੀਕੇਬਲ ਕਰਨਾ, ਉਹਦੇ 'ਚ ਉਹਨਾਂ ਦੇ ਫੈਸਲਿਆਂ ਨੂੰ ਮਹੱਤਤਾ ਦਿੱਤੀ ਜਾਂਦੀ। ਬਿਲਕੁਲ ਬਿਲਕੁਲ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਸਾਡੇ ਨੌਜਵਾਨਾਂ ਦੇ ਦਿਮਾਗ ਨੂੰ। ਬਿਲਕੁਲ, ਇਹ ਤੁਹਾਡੀ ਗੱਲ ਬਹੁਤ ਹੀ ਮਹੱਤਵਪੂਰਨ ਹੈ। ਬਿਲਕੁਲ, ਮੇਰੇ ਖਿਆਲ ਸਾਡੇ ਨੌਜਵਾਨ ਇਸ ਗੱਲ 'ਤੇ ਗੌਰ ਕਰਨ, ਅਸੀਂ ਤਰੱਕੀ ਜ਼ਰੂਰ ਕਰੀਏ, ਫੈਸ਼ਨ ਜ਼ਰੂਰ ਕਰੀਏ, ਪਰ ਇੰਨਾ ਵੀ ਨਹੀਂ ਕਿ ਕੋਈ ਸਾਡਾ ਵਪਾਰੀਕਰਨ ਆ ਜਾਵੇ। ਬਿਲਕੁਲ ਬਿਲਕੁਲ, ਕਿਉਂਕਿ ਇਹ ਉਹਨਾਂ ਦੀ ਆਪਣੀ ਭਾਰਤ ਨੂੰ ਇੱਕ ਮੰਡੀ ਬਣਾਉਣ ਦੇ ਵਾਸਤੇ ਉਹਨਾਂ ਨੇ ਸਾਡੇ ਨੌਜਵਾਨਾਂ ਦੇ ਦਿਮਾਗ ਨੂੰ ਸਟ੍ਰਾਈਕ ਕੀਤਾ, ਪਰ ਸਾਡੇ ਨੌਜਵਾਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਅਸੀਂ ਕਿੱਥੋਂ ਤੱਕ ਕਿਸੇ ਨੂੰ ਇਜਾਜ਼ਤ ਦੇਣੀ ਹੈ ਸਾਡੇ ਨਾਲ ਖੇਡਣ ਦੀ। ਬਿਲਕੁਲ ਬਿਲਕੁਲ ਜੀ। ਮੈਡਮ, ਅਗਲਾ ਸਵਾਲ ਵੀ ਮੈਂ ਤੁਹਾਡੇ ਵੱਲ ਹੀ ਆਵਾਂਗੀ, ਮੈਨੂੰ ਲੱਗਦਾ ਇਹਦੇ ਨਾਲ ਬਹੁਤ ਹੀ ਮਿਲਦਾ ਜੁਲਦਾ ਹੈ। ਅੱਛਾ, ਕਿਤੇ ਮੈਡਮ ਗੁੱਸੇ ਹੀ ਨਾ ਹੋ ਜਾਣ ਕਿ ਮੈਂ ਨਹੀਂ। ਅੱਛਾ, ਮੈਡਮ ਕਿਹਾ ਜਾਂਦਾ ਹੈ, ਵੈਸੇ ਬਹੁਤ ਪੁਰਾਣੀ ਕਹਾਵਤ ਹੀ ਹੈ ਔਰ ਮੇਰੇ ਖਿਆਲ ਸਦੀਆਂ ਤੱਕ ਹੀ ਰਹੇਗੀ, ਕਹਿੰਦੇ ਕਿ ਇਨਸਾਨ ਦਸਤਾਰ, ਰਫਤਾਰ ਅਤੇ ਗੁਫਤਾਰ ਤੋਂ ਪਹਿਚਾਣਿਆ ਜਾਂਦਾ। ਬਿਲਕੁਲ। ਭਾਰਤੀ ਨਾਰੀ ਦੇ ਵਾਸਤੇ ਕਹਿੰਦੇ ਅਜਿਹਾ ਪਹਿਰਾਵਾ ਜਿਹੜਾ ਕਿ ਉਹਦੇ ਸਰੀਰ ਨੂੰ ਕੱਜ ਦੇਵੇ, ਸਲੀਕੇ ਨਾਲ ਪਹਿਨਿਆ ਹੋਵੇ, ਤਾਂ ਉਹੀ ਉਹਦੇ ਵਾਸਤੇ ਨਿਸ਼ਚਿਤ ਸੀਗਾ ਔਰ ਚੰਗਾ ਵੀ, ਨਿਸ਼ਚਿਤ ਵੀ ਔਰ ਚੰਗਾ ਵੀ। ਕੀ ਲੱਗਦਾ ਕਿ ਜੋ ਅਜੋਕਾ ਫੈਸ਼ਨ ਇੰਨਾ ਹਾਵੀ ਹੋ ਗਿਆ ਸਾਡੇ 'ਤੇ, ਕੀ ਇਹਨੇ ਸਾਡੇ ਜੋ ਅਸਲੀ ਸਾਡਾ ਸੁਹੱਪਣ ਸੀ ਉਹਨੂੰ ਮਾਰ ਦਿੱਤਾ ਅਤੇ ਕਿਸ ਹੱਦ ਤੱਕ ਮਾਰ ਦਿੱਤਾ? ਤੁਹਾਡਾ ਇਹ ਕੁਸ਼ਚਨ ਬਹੁਤ ਅੱਛਾ ਜੱਸੀ ਜੀ। ਅਸਲ 'ਚ ਅਸੀਂ ਬੱਚਿਆਂ ਦੇ ਵਿੱਚ ਹੀ ਵਿਚਰਦੇ ਹਾਂ ਜੀ। ਅਸੀਂ ਹਮੇਸ਼ਾ ਇਸ ਚੀਜ਼ 'ਤੇ ਤਾਂ ਵਿਚਾਰ ਚਰਚਾ ਕਰਦੇ ਹਾਂ ਕਿ ਸਾਡੀ ਜਿਹੜੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ, ਉਹ ਛੋਟੇ ਕੱਪੜਿਆਂ ਵੱਲ ਨੂੰ ਜ਼ਿਆਦਾ ਆਕਰਸ਼ਿਤ ਹੋ ਰਹੀ ਹੈ। ਬਿਲਕੁਲ। ਪਰ ਅਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਦੋਂ ਇਨਸਾਨ ਲਗਭਗ 12 ਤੋਂ ਲੈ ਕੇ 24-25 ਸਾਲ ਦੀ ਉਮਰ ਤੱਕ ਹੁੰਦਾ, ਉਹ 'ਚ ਬੇਹੱਦ ਐਨਰਜੀ ਹੁੰਦੀ ਹੈ, ਉਹ ਐਨਰਜੈਟਿਕ ਹੁੰਦਾ। ਬਿਲਕੁਲ ਬਿਲਕੁਲ ਜੀ। ਸਾਨੂੰ ਸਿਰਫ ਜ਼ਰੂਰਤ ਹੈ ਉਹਦੀ ਇਸ ਐਨਰਜੀ ਨੂੰ ਪੋਜ਼ਿਟਿਵ ਤਰੀਕੇ ਦੇ ਵਿੱਚ ਕਨਵਰਟ ਕਰਨ ਦੀ ਜੀ। ਜੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਇਹ ਚੀਜ਼ ਸਮਝਾ ਦਈਏ ਕਿ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਕੀ ਨੇ, ਸਾਡਾ ਸੱਭਿਆਚਾਰ ਕੀ ਹੈ, ਸਾਡੀਆਂ ਜਿਹੜੀਆਂ ਸਮਾਜਿਕ ਹੱਦਾਂ ਨੇ ਉਹ ਕਿੰਨੀਆਂ ਨੇ ਜੀ ਜੀ, ਤੇ ਆਪਣੇ ਆਪ ਹੀ ਸ਼ਾਇਦ ਉਹ ਇਸ ਚੀਜ਼ ਵੱਲ ਅਟਰੈਕਟ ਨਹੀਂ ਹੋਣਗੇ ਤੇ ਇਹ ਸਵਾਲ ਸ਼ਾਇਦ ਹਮੇਸ਼ਾ ਲਈ ਖਤਮ ਹੋ ਜਾਏਗਾ। ਬਿਲਕੁਲ ਸਹੀ ਗੱਲ। ਸੋ ਇਹ ਚੀਜ਼ ਬਿਲਕੁਲ ਠੀਕ ਹੈ ਕਿ ਜਿਹੜਾ ਕੱਪੜਾ ਬਣਿਆ ਉਹ ਇਸੇ ਚੀਜ਼ ਵਾਸਤੇ ਬਣਿਆ ਤਾਂ ਕਿ ਅਸੀਂ ਆਪਣੇ ਆਪ ਨੂੰ ਢੱਕ ਸਕੀਏ, ਆਪਣੇ ਆਪ ਨੂੰ ਕਿਸੇ ਦੀ ਬੁਰੀ ਨਜ਼ਰ ਤੋਂ ਬਚਾ ਸਕੀਏ, ਨਹੀਂ ਤਾਂ ਸ਼ਾਇਦ ਕੱਪੜਿਆਂ ਦੀ ਜ਼ਰੂਰਤ ਹੀ ਨਾ ਪੈਂਦੀ ਜੇ ਇਸ ਚੀਜ਼ ਦੀ ਲੋੜ ਨਾ ਹੁੰਦੀ ਤਾਂ ਆਦਿ ਮਾਨਵ ਇਹ ਕੋਸ਼ਿਸ਼ ਹੀ ਨਾ ਕਰਦਾ ਵੀ ਅਸੀਂ ਆਪਣੇ ਆਪ ਨੂੰ ਕੱਜਣਾ ਕਿਵੇਂ। ਬਿਲਕੁਲ ਜੀ ਬਿਲਕੁਲ। ਸੋ ਜੇ ਕੱਜਣਾ ਤਾਂ ਉਹਨੂੰ ਇੱਕ ਸਹੀ ਤਰੀਕੇ ਦੇ ਨਾਲ ਬਿਲਕੁਲ ਕਰਨਾ ਚਾਹੀਦਾ। ਫੈਸ਼ਨ ਕਰੋ ਪਰ ਉਹ ਚੀਜ਼ ਕਰੋ
ਜਿਹੜੀ ਦੇਖਣ ਵਾਲੇ ਨੂੰ ਚੰਗੀ ਲੱਗੇ। ਬਿਲਕੁਲ ਜੀ, ਮੈਂ ਇੱਥੇ ਐਜ਼ ਅ ਫੈਸ਼ਨ ਯੂ ਨੋ ਸਪੈਸ਼ਲਿਸਟ ਜੀ ਇਹ ਗੱਲ ਐਡ ਕਰਨਾ ਚਾਹਾਂਗੀ ਕਿ ਫੈਸ਼ਨ ਕੇਵਲ ਸਿਰਫ ਸਾਨੂੰ ਢੱਕਣ ਵਾਸਤੇ ਨਹੀਂ ਬਣਿਆ ਸੀ, ਫੈਸ਼ਨ ਸਾਡਾ ਅਹੁਦਾ ਰੈਂਕ ਦਿਖਾਉਣ ਵਾਸਤੇ ਵੀ ਬਣਿਆ ਸੀ। ਤੁਸੀਂ ਦੇਖਿਆ ਉਹਨੇ ਕਬੀਲਿਆਂ 'ਚ ਜੀ ਜਿਹੜਾ ਸਭ ਤੋਂ ਵੱਡਾ ਸਰਦਾਰ ਹੁੰਦਾ ਉਹਨੇ ਸਭ ਤੋਂ ਵੱਡਾ ਦੰਦ ਪਾਇਆ ਹੁੰਦਾ, ਜਿਹੜਾ ਸ਼ੇਰ ਮਾਰਿਆ ਹੁੰਦਾ। ਬਿਲਕੁਲ ਯੈਸ, ਅਤੇ ਸਾਡਾ ਅਹੁਦਾ ਵੀ ਦੱਸਦਾ, ਸਾਡੇ ਕਲਚਰ ਨੂੰ ਵੀ ਸ਼ੋਅ ਕਰਦਾ। ਅਸੀਂ ਕਹਿੰਦੇ ਹਾਂ ਕਿ ਉਹ ਲੋਕ ਅਸ਼ਲੀਲ ਹੈਗੇ ਆ, ਨਗਨਤਾ ਵੱਲ ਜਾ ਰਹੇ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਅਸੀਂ ਸਾੜੀ ਜਿਹਨੂੰ ਅਸੀਂ ਸੱਭਿਆਚਾਰ ਦੀ ਸਭ ਤੋਂ ਉੱਚੀ ਚੀਜ਼ ਸਮਝਦੇ ਹਾਂ, ਬਿਲਕੁਲ, ਬਟ ਸਾਡੇ ਹੀ ਥੀਏਟਰ, ਸਿਨੇਮਾ, ਬਾਲੀਵੁੱਡ 'ਚ ਉਸ ਸਾੜੀ ਨੂੰ ਜਦੋਂ ਰੇਨ ਡਾਂਸ ਦਿਖਾਇਆ ਜਾਂਦਾ ਤੇ ਕਿਸ ਤਰ੍ਹਾਂ ਪ੍ਰੋਜੈਕਟ ਕੀਤਾ ਜਾਂਦਾ। ਬਿਲਕੁਲ ਬਿਲਕੁਲ, ਜਿਹੜਾ ਸੂਟ ਹੈ ਅਗਰ ਉਹ ਬਹੁਤ ਵੱਡਾ ਗਲਾ ਪਾਇਆ ਗਿਆ ਹੋਏ, ਉੱਤੇ ਤੱਕ ਸਲਿਟ ਕੀਤੇ ਗਏ ਹੋ, ਬਿਲਕੁਲ, ਹੈ ਨਾ, ਤੇ ਮੈਂ ਇੱਥੇ ਇਹ ਕਹਿਣਾ ਚਾਹਾਂਗੀ ਕਿ ਜੋ ਅਸੀਂ ਪਾ ਰਹੇ ਹਾਂ ਉਹ ਸਲੀਕੇ ਨਾਲ, ਚੱਜ ਨਾਲ ਪਾਈਏ। ਸਾੜੀ ਜੇ ਸੋਹਣੇ ਤਰੀਕੇ ਨਾਲ ਬੰਨੀ ਹੋਏਗੀ, ਕੱਜ ਕੇ ਬੰਨੀ ਹੋਏਗੀ, ਤੇ ਉਹ ਬਹੁਤ ਸੋਹਣੀ ਹੈ। ਬਿਲਕੁਲ, ਪਰ ਉਹੀ ਸਾੜੀ ਅਗਰ ਤੁਸੀਂ ਬਾਲੀਵੁੱਡ ਦੇ ਵਿਚਾਰ ਦੇ ਹਿਸਾਬ ਨਾਲ ਦੇਖੋਗੇ ਤੇ ਉਹ ਰੇਨ ਡਾਂਸ ਵਾਸਤੇ ਵੀ ਯੂਜ਼ ਹੋ ਸਕਦੀ ਹੈ, ਔਰ ਉਹਦਾ ਕੋਈ ਮੰਤਵ ਹੀ ਹੋਰ ਹੋ ਜਾਏਗਾ। ਬਿਲਕੁਲ, ਸਾਡਾ ਕਹਿਣ ਨੂੰ ਪੰਜਾਬੀ ਸੂਟ, ਅਸੀਂ ਅਗਰ ਵੱਡੇ ਵੱਡੇ ਗਲੇ, ਡੀਪ ਗਲੇ ਪਾ ਕੇ, ਹੈ ਨਾ, ਖਲੇਰ ਕੇ ਚੁੰਨੀ ਨਾ ਲਈਏ ਔਰ ਉਹਨੂੰ ਵੱਡੇ ਵੱਡੇ ਇੱਥੇ ਤੱਕ ਸਲਿਟ ਹੋਣ, ਤੇ ਕੀ ਉਹ ਸਾਡੀ ਭਾਰਤੀ ਦਾ ਤਾਂ ਕੀ ਉਹ ਚਿੰਨ੍ਹ ਹੈ? ਜੀ ਬਿਲਕੁਲ। ਤੇ ਮੈਂ ਬੱਚਿਆਂ ਨੂੰ ਇੱਥੇ ਆਹਵਾਨ ਕਰਾਂਗੀ, ਆਪਣੇ ਯੂਥ ਨੂੰ, ਕਿ ਸਿਰਫ ਇਹ ਨਾ ਸੋਚਣ ਕਿ ਵੈਸਟਰਨ ਡਰੈਸ ਮਾੜੀ ਹੈ, ਸਾਡੀ ਇੰਡੀਅਨ ਡਰੈਸ ਨੂੰ ਵੀ ਅਸੀਂ ਸੋਹਣੇ ਸੁਚੱਜੇ ਢੰਗ ਨਾਲ ਪਾਉਣਾ ਹੈ ਔਰ ਉਹਨੂੰ ਵੀ ਅਸੀਂ ਮਤਲਬ ਆਪਣੇ ਅੰਗ ਪ੍ਰਦਰਸ਼ਨ ਦਾ ਤਰੀਕਾ ਨਹੀਂ ਬਣਾ। ਬਿਲਕੁਲ, ਉਹ ਕਹਿੰਦੇ ਕਿ ਚੱਜ ਕਿਤੋਂ ਖਰੀਦਿਆ ਨਹੀਂ ਜਾਂਦਾ, ਚੱਜ ਅਪਣਾਇਆ ਜਾਂਦਾ। ਬਿਲਕੁਲ, ਸੱਭਿਆਚਾਰ ਤੋਂ ਆਪਣੇ ਵੱਡੇ ਵਡੇਰਿਆਂ ਤੋਂ ਜਿੱਥੇ ਅਸੀਂ ਵਿਚਰਦੇ ਹਾਂ, ਸਾਡੇ ਘਰਾਂ ਵਿੱਚ ਹਮੇਸ਼ਾ ਚੱਜ ਸੁਚੱਜ ਹੁੰਦੇ ਆ, ਜੇਕਰ ਅਸੀਂ ਉਹਨਾਂ ਨੂੰ ਫੋਲੋ ਹੀ ਨਹੀਂ ਕਰਾਂਗੇ, ਅਪਣਾਵਾਂਗੇ ਤਾਂ ਚੱਜ ਕਿੱਥੋਂ ਆਉਣੇ? ਬਿਲਕੁਲ ਬਿਲਕੁਲ ਜੱਸੀ। ਮੈਡਮ ਹਰਪ੍ਰੀਤ ਹੁਣਾਂ ਨੇ ਜਿਵੇਂ ਗੱਲ ਕੀਤੀ, ਮੈਡਮ ਉੱਥੇ ਹੀ ਆਉਂਦੀ ਹਾਂ। ਪੁਰਾਣਾ ਕੋਈ ਟਾਈਮ ਹੁੰਦਾ ਸੀ ਜਦੋਂ ਟੀਵੀ ਨਹੀਂ ਸੀ ਹੁੰਦੇ, ਸੋਸ਼ਲ ਮੀਡੀਆ ਨਹੀਂ ਸੀ ਹੁੰਦਾ, ਕੋਈ ਫਿਲਮੀ ਦੁਨੀਆ ਨਹੀਂ ਸੀ ਹੁੰਦੀ, ਉਦੋਂ ਕੋਈ ਨਾਟਕ ਛੋਟੇ ਮੋਟੇ ਜਾਂ ਕਹਿ ਲਓ ਕਿ ਇੱਕ ਮਨੋਰੰਜਨ ਦਾ ਸਾਧਨ ਇੱਦਾਂ ਦਾ ਸੀ ਜਿਹੜਾ ਕਿ ਇਸ ਫਿਲਮੀ ਦੁਨੀਆ ਤੋਂ ਬਹੁਤ ਦੂਰ ਸੀ। ਪਰ ਅੱਜ ਫਿਲਮੀ ਦੁਨੀਆ, ਚਾਹੇ ਜਿਹੜਾ ਇੱਕ ਆਰਟਿਸਟ, ਇੱਕ ਨਾਇਕ ਹੈ, ਉਹ ਪਰਦੇ 'ਤੇ ਕੁਛ ਹੋਰ ਹੈ, ਆਪਣੀ ਅਸਲੀ ਜ਼ਿੰਦਗੀ ਦੇ ਵਿੱਚ ਕੁਛ ਹੋਰ ਹੈ, ਅਤੇ ਪਰ ਜਿਹੜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਹੈ, ਉਹ ਜੋ ਨਾਇਕ ਪਰਦੇ 'ਤੇ ਦਿਖਦਾ ਉਹਨੂੰ ਹੀ ਗ੍ਰੈਪ ਕਰਦੀ ਹੈ ਅਤੇ ਉਹਨੂੰ ਹੀ ਅਸਲੀ ਜ਼ਿੰਦਗੀ ਵਿੱਚ ਜਿਉਣ ਦੀ ਕੋਸ਼ਿਸ਼ ਕਰਦੀ ਹੈ। ਮੈਡਮ ਜੀ, ਨਾ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਕੀ ਸੋਸ਼ਲ ਮੀਡੀਆ ਜਾਂ ਫਿਲਮੀ ਦੁਨੀਆ ਨੇ ਸਾਡੇ ਨੌਜਵਾਨ ਵਰਗ ਨੂੰ ਆਪਣੇ ਗ੍ਰਿਫਤ ਦੇ ਵਿੱਚ ਲੈ ਲਿਆ ਲਿਆ ਅਤੇ ਕਿੰਨਾ ਕੁ ਲੈ ਲਿਆ? ਦੇਖੋ, ਵਾਕਈ ਇਹ ਚੀਜ਼ ਤਾਂ ਮੰਨਣ ਵਾਲੀ ਹੈ ਕਿ ਹਾਂ, ਸੋਸ਼ਲ ਮੀਡੀਆ ਨੇ ਨੌਜਵਾਨਾਂ ਨੂੰ ਗ੍ਰਿਫਤ 'ਚ ਲਿਆ ਜੀ। ਉੱਥੇ ਫਿਰ ਅਲਟੀਮੇਟਲੀ ਗੱਲ ਇਹੀ ਆ ਜਾਂਦੀ ਹੈ ਕਿ ਅਸੀਂ ਜਿਹੜੀ ਚੀਜ਼ ਚੱਕਾ ਚੌਂਦ ਵਾਲੀ ਜ਼ਿੰਦਗੀ ਹੈ ਨਾ ਜੀ, ਅਸੀਂ ਉਹਨੂੰ ਹਮੇਸ਼ਾ ਪਸੰਦ ਕਰਦੇ ਹਾਂ, ਉਹਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਪਰ ਕਹਿੰਦੇ ਨੇ ਕਿ ਬਿਨਾਂ ਪਰਾਂ ਤੋਂ ਪਰਵਾਜ਼ ਨਹੀਂ ਬਣਿਆ ਜਾਂਦਾ ਜੀ ਜੀ ਜੀ। ਜਿੰਨਾ ਚਿਰ ਸਾਡੇ ਕੋਲ ਸਮਝ, ਸੋਚ ਅਤੇ ਜ਼ਰੀਆ ਨਹੀਂ ਜੀ, ਉਹਨਾਂ ਚਿਰ ਅਸੀਂ ਕਿਸੇ ਨੂੰ ਵੀ ਕਾਪੀ ਜਾਂ ਨਕਲ ਕਰਨ ਦੀ ਕੋਸ਼ਿਸ਼ ਨਾ ਕਰੀਏ ਜੀ। ਮੈਂ ਇਹ ਚੀਜ਼ ਜ਼ਰੂਰ ਆਪਣੇ ਬੱਚਿਆਂ ਨੂੰ ਔਰ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗੀ ਜੀ ਜੀ। ਦੇਖੋ, ਉਹਨਾਂ ਦਾ ਇੱਕ ਪ੍ਰੋਫੈਸ਼ਨ ਹੈ, ਉਹਨਾਂ ਨੇ ਆਪਣੇ ਉਸ ਪ੍ਰੋਫੈਸ਼ਨ ਨੂੰ ਚਲਾਉਣ ਵਾਸਤੇ ਹਰ ਇੱਕ ਉਹ ਚੀਜ਼ ਸਾਨੂੰ ਦਿਖਾਉਣੀ ਹੈ ਜਿਹੜੀ ਸਾਨੂੰ ਚੰਗੀ ਲੱਗੇ ਜੀ। ਉਹ ਕਮਰਸ਼ੀਅਲਾਈਜ਼ੇਸ਼ਨ ਕਰਦੇ ਨੇ, ਬਿਲਕੁਲ ਕਮਰਸ਼ੀਅਲਾਈਜ਼ੇਸ਼ਨ ਕਰਦੇ ਆ। ਸਾਨੂੰ ਚੰਗਾ ਕੀ ਲੱਗਦਾ? ਜਿਹੜਾ ਸਾਡੀ ਜੋ ਹੈਸੀਅਤ ਹੈ ਜੀ, ਉਹਦੇ ਤੋਂ ਉੱਪਰ ਦੀ ਚੀਜ਼ ਹੈ। ਬਿਲਕੁਲ ਜੀ, ਠੀਕ ਹੈ ਨਾ। ਜੇ ਅੱਜ ਅਸੀਂ ਇੰਨਾ ਕੁ ਹੈ, ਦੇਖੋ ਇੱਕ ਛੋਟੀ ਜਿਹੀ ਗੱਲ ਹੈ ਕਿ ਅਸੀਂ ਘਰ 'ਚ ਬਹੁਤ ਅੱਛੀ ਰੋਟੀ ਖਾਂਦੇ ਹਾਂ ਜੀ, ਸਾਨੂੰ ਅਟਰੈਕਟ ਕੀ ਕਰਦਾ? ਸਾਨੂੰ ਅਟਰੈਕਟ ਕਰਦਾ ਕਿ ਅਸੀਂ ਬਾਹਰ ਜਾ ਕੇ ਖਾਣਾ ਚਾਹੀਦਾ ਜੀ ਜੀ ਜੀ। ਇਹ ਵੀ ਇੱਕ ਫੈਸ਼ਨ ਬਣ ਗਿਆ ਜੀ ਜੀ। ਪਰ ਜੇ ਸਾਡੇ ਕੋਲ ਸੋਰਸਿਸ ਓਨੇ ਨੇ ਤੇ ਅਸੀਂ ਉਸ ਰੋਟੀ ਨੂੰ ਘਰ 'ਚ ਵੀ ਖੁਸ਼ ਹੋ ਕੇ ਖਾ ਸਕਦੇ। ਬਿਲਕੁਲ ਜੀ ਬਿਲਕੁਲ। ਇਹ ਚੀਜ਼ ਨੌਜਵਾਨਾਂ ਨੂੰ ਔਰ ਬੱਚਿਆਂ ਨੂੰ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਕੱਪੜੇ ਦੀ ਕੀਮਤ ਜਾਂ ਕੱਪੜੇ ਦਾ ਸਟਾਈਲ ਮੈਟਰ ਨਹੀਂ ਕਰਦਾ ਜੀ। ਸਿਰਫ ਦੇਖਣ ਵਾਲੀ ਚੀਜ਼ ਇਹ ਹੈ ਕਿ ਤੁਸੀਂ ਜੋ ਚੀਜ਼ ਪਾਈ ਹੈ ਕੀ ਉਹ ਤੁਹਾਡੇ ਵਿਅਕਤਿਤਵ ਨੂੰ ਸੂਟ ਕਰਦੀ ਹੈ। ਬਿਲਕੁਲ 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 ਜੀ ਬਿਲਕੁਲ। ਕੀ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਉਹਦੇ 'ਚ ਉੱਭਰ ਕੇ ਬਾਹਰ ਆਉਂਦੀ ਹੈ, ਬਸ ਮੇਨ ਇਹ ਚੀਜ਼ ਦੇਖਣ ਵਾਲੀ ਹੈ। ਇੱਥੇ ਇਹ ਵੀ ਨਹੀਂ ਕਿ ਜੇ ਅਸੀਂ ਕਹੀਏ ਵੀ ਅੱਜ ਦੇ ਸਮੇਂ 'ਚ ਲੋਕੀ, ਇੱਕ ਛੋਟੀ ਜਿਹੀ ਐਗਜ਼ਾਮਪਲ ਹੀ ਦਿੰਦੀ ਹੈ ਕਿ ਗੋਗਲਸ ਲਗਾਉਂਦੇ ਨੇ ਜੀ। ਦੇਖੋ, ਪੁਰਾਣੇ ਸਮੇਂ 'ਚ ਥੋੜ੍ਹਾ ਜਿਹੜਾ ਹੀਟ ਦਾ ਸੀਗਾ ਜੀ, ਕਹਿ ਲਓ ਕਿ ਪ੍ਰਭਾਵ ਸਾਡੇ ਸਰੀਰ ਦੇ ਉੱਤੇ ਘੱਟ ਸੀ, ਘੱਟ ਸੀ। ਅੱਜ ਅਗਰ ਉਹ ਹੀਟ ਵੱਧ ਗਈ ਹੈ ਤਾਂ ਇਹ ਲਗਾਉਣਾ ਕੋਈ ਫੈਸ਼ਨ ਨਹੀਂ ਹੈ, ਸਾਡੀ ਜ਼ਰੂਰਤ ਹੈ। ਪਰ ਅਸੀਂ ਗੋਗਲਸ ਲਾ ਕੇ ਜੇ ਕੱਪੜੇ ਛੋਟੇ ਕਰ ਦਈਏ ਤਾਂ ਇਹ ਵੀ ਧਿਆਨ ਰੱਖੀਏ ਵੀ ਹੀਟ ਸਾਡੀ ਸਕਿਨ ਨੂੰ ਵੀ ਉਹਨਾਂ ਜ਼ਰੂਰਤ ਦੇ ਨਾਂ ਤੇ ਫੈਸ਼ਨ ਦੀ ਮਤਲਬ
ਅੰਨੀ ਦੌੜ ਲੱਗਦੀ ਸ਼ਾਇਦ। ਮੈਂ ਇੱਥੇ ਇੱਕ ਟੈਕਨੀਕਲ ਟਰਮ ਤੁਹਾਨੂੰ ਦੱਸਣਾ ਚਾਹਾਂਗੇ, ਅਸੀਂ ਆਪਣੀ ਲੈਂਗੁਏਜ ਵਿੱਚ ਇਹਨੂੰ ਕਹਿੰਦੇ ਆ ਫੈਸ਼ਨ ਵਿਕਟਿਮ। ਵਿਕਟਿਮ ਜੀ, ਜਿਵੇਂ ਐਕਸੀਡੈਂਟ ਵਿਕਟਿਮ ਹੁੰਦਾ ਹੈ ਜੀ, ਹੈ ਨਾ, ਜੋ ਗੱਡੀ ਤੇਜ਼ ਚਲਾਉਂਦਾ ਹੈ ਸਮਝਦਾ ਨਹੀਂ ਇਹ ਰੂਲਸ, ਉਹ ਐਕਸੀਡੈਂਟ ਦਾ ਮਾਰਾ ਕਹਿਲਾਉਂਦਾ। ਬਿਲਕੁਲ। ਔਰ ਫੈਸ਼ਨ ਵਿਕਟਿਮ ਉਹ ਹੈ ਜੋ ਫੈਸ਼ਨ ਨੂੰ ਨਹੀਂ ਸਮਝਦਾ ਕਿ ਉਹ ਉਹਦੇ ਵਾਸਤੇ ਕਿੰਨਾ ਫਾਇਦਾ ਕਰ ਸਕਦਾ। ਜੇ ਉਹ ਆਪਣੇ ਸਰੀਰ ਨੂੰ ਨਹੀਂ ਦੇਖੇਗਾ, ਜਿਵੇਂ ਮੈਡਮ ਨੇ ਕਿਹਾ ਆਪਣੀ ਪਰਸਨੈਲਿਟੀ ਦੇ ਅਨੁਸਾਰ ਅਗਰ ਅਸੀਂ ਨਹੀਂ ਪਾਵਾਂਗੇ ਤੇ ਅਸੀਂ ਹਾਸੇ ਦਾ ਪਾਤਰ ਬਣ ਜਾਵਾਂਗੇ, ਉਪਹਾਸ ਦਾ ਪਾਤਰ ਬਣ ਜਾਵਾਂਗੇ, ਲੋਕੀ ਸਾਨੂੰ ਸਰਾਹਣ ਦੀ ਥਾਂ ਤੇ ਬੇਵਕੂਫ ਕਹਿਣਗੇ। ਕਿਉਂਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਕੀ ਇਹ ਫੈਸ਼ਨ ਸਾਡੇ ਸਾਨੂੰ ਹੋਰ ਸੋਹਣਾ ਬੈਟਰ ਬਣਾ ਰਿਹਾ ਹੈ ਕਿ ਨਹੀਂ ਬਣਾ ਰਿਹਾ। ਬਿਲਕੁਲ ਸਹੀ ਗੱਲ। ਪ੍ਰਿੰਸੀਪਲ ਸਾਹਿਬ, ਮੈਂ ਤੁਹਾਡੇ ਵੱਲ ਆ ਰਹੀ ਹਾਂ ਦੁਬਾਰਾ ਜੀ। ਫੈਸ਼ਨ ਦੇ ਤੋਂ ਕੋਈ ਵੀ ਮਤਲਬ ਸਮਾਜ ਦਾ ਕੋਈ ਵੀ ਵਰਗ ਐਸਾ ਨਹੀਂ ਕਿ ਅਛੂਤਾ ਰਹਿ ਗਿਆ ਹੋਵੇ, ਪਰ ਖਾਸ ਤੌਰ 'ਤੇ ਵਿਦਿਆਰਥੀ ਵਰਗ ਜਿਨ੍ਹਾਂ ਨੇ ਕੱਲ੍ਹ ਰਾਸ਼ਟਰ ਦਾ ਨਿਰਮਾਣ ਕਰਨਾ ਹੈ, ਸਾਡਾ ਆਉਣ ਵਾਲਾ ਭਵਿੱਖ ਸਾਰਾ ਉਹਨਾਂ ਦੇ ਮੁੰਡਿਆਂ 'ਤੇ ਹੈ। ਕਹਿੰਦੇ ਕਿ ਜੈਸੀ ਸੰਗਤ ਵੈਸੀ ਰੰਗਤ। ਜਿੱਥੇ ਕਾਲਜਿਸ ਦੇ ਵਿੱਚ, ਸਕੂਲ ਦੇ ਵਿੱਚ ਪਲੱਸ ਵਨ ਟੂ 11ਵੀਂ 12ਵੀਂ ਦੇ ਬੱਚੇ ਵੀ ਪੜ੍ਹਦੇ ਨੇ, ਉੱਥੇ 5ਵੀਂ 6ਵੀਂ ਦੇ ਬੱਚੇ ਵੀ ਪੜ੍ਹਦੇ ਨੇ ਬੱਚੇ। ਇੱਥੋਂ ਤੱਕ ਕਿ ਫੈਸ਼ਨ ਨੇ ਇਹ ਹਾਲ ਕਰ ਦਿੱਤਾ ਕਿ ਬੱਚਿਆਂ ਦੇ ਸਕੂਲ ਬੈਗ, ਕਾਲਜ ਕਿੱਟ, ਉਹਨਾਂ ਦੇ ਯੂਨੀਫਾਰਮ ਨੇ ਵੀ ਫੈਸ਼ਨ ਨੂੰ ਆਪਣੇ ਵੱਲ ਖਿੱਚ ਲਿਆ। ਬਿਲਕੁਲ। ਕੋਈ ਟਾਈਮ ਹੁੰਦਾ ਸੀ ਕਿ ਖੁੱਲੀਆਂ ਖੁੱਲੀਆਂ ਪੈਂਟਾਂ, ਹੁਣ ਨੈਰੋ ਪੈਂਟਸ ਆ ਗਈਆਂ ਨੇ, ਕਦੀ ਸ਼ੋਰਟ, ਕਦੀ ਬੈਲਟਸ ਦੇ ਡਿਜ਼ਾਈਨ, ਹਰ ਚੀਜ਼ ਫੈਸ਼ਨ ਫੈਸ਼ਨ ਫੈਸ਼ਨ। ਤੁਹਾਨੂੰ ਮੈਂ ਪੁੱਛਣਾ ਚਾਹਾਂਗੀ ਕਿ ਵਿਦਿਆਰਥੀ ਵਰਗ ਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਹੈ ਫੈਸ਼ਨ ਨੇ? ਦੇਖੋ, ਜਦੋਂ ਕੋਈ ਚੀਜ਼ ਆਪਣਾ ਗਲਤ ਅਸਰ ਛੱਡਦੀ ਹੈ ਤਾਂ ਉਹ ਸਮਾਜ ਦੇ ਹਰ ਵਰਗ ਦੇ ਇਫੈਕਟ ਕਰਦੀ। ਜੀ ਜੀ। ਸੋ ਵਿਦਿਆਰਥੀ ਵੀ ਇਹਦੇ ਤੋਂ ਅਛੂਤੇ ਨਹੀਂ ਜੀ, ਵਿਦਿਆਰਥੀਆਂ 'ਚ ਵੀ ਇਹ ਟ੍ਰੈਂਡ ਹੈ। ਫਿਰ ਉਹੀ ਚੀਜ਼ ਅਲਟੀਮੇਟਲੀ ਆਉਂਦੀ ਹੈ ਕਿ ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਹੈ ਦੂਸਰੇ ਦੇ ਪਾਈ ਹੋਈ, ਅਸੀਂ ਉਹਨੂੰ ਕਰਨ ਦੀ ਕੋਸ਼ਿਸ਼ ਕਰਦੇ। ਜੀ ਜੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਬੈਗਸ ਨੇ, ਉਹਨਾਂ ਦੀਆਂ ਪੈਨਸਲ ਬਾਕਸ ਨੇ, ਜਾਂ ਉਹਨਾਂ ਦੇ ਯੂਨੀਫਾਰਮ ਦੇ ਵਿੱਚ ਹੀ ਚੇਂਜਿਸ ਆ ਜਾਂਦੇ ਆ। ਔਰ ਬਤੌਰ ਪ੍ਰਿੰਸੀਪਲ ਅਸੀਂ ਇਹ ਚੀਜ਼ਾਂ ਨੂੰ ਫੇਸ ਵੀ ਕਰਦੇ ਹਾਂ। ਜੀ ਜੀ। ਤੁਸੀਂ ਗੱਲ ਕੀਤੀ ਪਲੱਸ ਵਨ ਪਲੱਸ ਟੂ ਦੇ ਬੱਚਿਆਂ ਦੀ ਜੀ, ਔਰ ਵਾਕਈ 'ਚ ਜਦੋਂ ਹੁਣ ਇਹ ਟਾਈਟ ਪੈਂਟਸ ਦਾ ਥੋੜ੍ਹਾ ਫੈਸ਼ਨ ਆਇਆ ਜੀ, ਤੇ ਬੱਚਿਆਂ ਦੀਆਂ ਪੈਂਟਾਂ ਨੀਚਿਓਂ ਤੰਗ ਹੋਣੀਆਂ। ਬਿਲਕੁਲ ਬਿਲਕੁਲ। ਪਰ ਫਿਰ ਉੱਥੇ ਗੱਲ ਆਉਂਦੀ ਹੈ ਕਿ ਜੇ ਬੱਚੇ ਰਾਸ਼ਟਰ ਦੇ ਨਿਰਮਾਤਾ ਨੇ ਜੀ, ਸਾਡਾ ਆਉਣ ਵਾਲਾ ਭਵਿੱਖ ਨੇ, ਤਾਂ ਅਧਿਆਪਕ ਅਸਲ ਰਾਸ਼ਟਰ ਨਿਰਮਾਤਾ। ਬਿਲਕੁਲ ਜੀ ਬਿਲਕੁਲ। ਉੱਥੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਬੱਚਿਆਂ ਨੂੰ ਸਹੀ ਦਿਸ਼ਾ ਦੇਈਏ। ਬਿਲਕੁਲ ਜੀ। ਦੇਖੋ, ਅਸੀਂ ਇਹ ਨਹੀਂ ਕਹਿੰਦੇ ਕਿ, ਉਹ ਕਹਿੰਦੇ ਨਾ ਕਿ ਚੈਰਿਟੀ ਬਿਗਿਨਸ ਫਰੋਮ ਹੋਮ। ਬਿਲਕੁਲ ਜੀ। ਅਸੀਂ ਆਪਣੇ ਤੋਂ ਸ਼ੁਰੂ ਕੀਤਾ ਕਿ ਅਸੀਂ ਮੇਰੇ ਸਕੂਲ 'ਚ, ਖੈਰ ਅਸੀਂ ਇਸ ਤਰੀਕੇ ਦਾ ਕੁਛ ਨਹੀਂ ਹੋਣ ਦਿੰਦੇ। ਬਿਲਕੁਲ ਜੀ। ਬੱਚਿਆਂ ਨੂੰ ਸਮਝਾ ਕੇ ਜੀ, ਉਹਨਾਂ ਨੂੰ ਹਰ ਇੱਕ ਚੀਜ਼ ਤੋਂ ਅਵੇਅਰ ਕਰਕੇ ਜੀ, ਕਿ ਸਾਡਾ ਅੱਜ ਦਾ ਜਿਹੜਾ ਸਮਾਂ ਇਹ ਅਸਲ 'ਚ ਪੜ੍ਹਾਈ ਕਰਨ ਦਾ, ਔਰ ਸਿਰਫ ਪੜ੍ਹਾਈ ਕਰਨ ਦਾ। ਔਰ ਮੈਂ ਬੱਚਿਆਂ ਨੂੰ, ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹਾਂਗੀ ਕਿ ਇਸ ਉਮਰ ਦੇ ਵਿੱਚ ਤੁਸੀਂ ਆਪਣੇ ਮਾਈਂਡ ਨੂੰ ਬ੍ਰੇਕ ਜਿਹੜਾ ਹੈਗਾ ਉਹਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰੋ, ਚੰਗੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰੋ, ਤਾਂ ਕਿ ਆਉਣ ਵਾਲੇ ਸਮੇਂ 'ਚ ਸੁਸਾਇਟੀ ਤੁਹਾਡੇ ਤੋਂ ਕੁਛ ਗੇਨ ਕਰ ਸਕੇ। ਜੀ ਜੀ। ਮੈਡਮ ਹਰਪ੍ਰੀਤ ਜੀ, ਤੁਹਾਡੇ ਵੱਲ ਆਉਣਾ ਚਾਹਾਂਗੀ ਜੀ। ਕਹਿੰਦੇ ਕਿ ਅਨੁਸ਼ਾਸਨ, ਸੁਚੱਜਤਾ, ਸੁਹੱਪਣ ਹਮੇਸ਼ਾ ਹਰ ਇਨਸਾਨ ਦੇ ਅੰਦਰ ਕਿਤੇ ਨਾ ਕਿਤੇ ਲੁਕਿਆ ਹੁੰਦਾ ਹੈ। ਬਿਲਕੁਲ। ਪਰ ਜਿਹੜਾ ਅੱਜ ਦਾ ਫੈਸ਼ਨ, ਜਿਹਨੇ ਇੰਨਾ ਕੁ ਆਪਣਾ ਜ਼ੋਰ ਪਾ ਦਿੱਤਾ, ਕੀ ਅਜੋਕੇ ਫੈਸ਼ਨ ਨੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਸੁਹੱਪਣ ਅਤੇ ਅਨੁਸ਼ਾਸਨ ਨੂੰ ਢਾਹ ਲਾਈ ਹੈ, ਜਲਾਈ ਹੈ, ਅਤੇ ਕਿਸ ਹੱਦ ਤੱਕ ਲਾਈ ਹੈ? ਦੇਖੋ, ਜ਼ਰੂਰ ਬਹੁਤ ਇਹਦਾ ਅਸਰ ਦੇਖਿਆ ਗਿਆ ਜੀ। ਹਰ, ਦੇਖੋ ਤੁਸੀਂ ਅੱਜ ਕੱਲ੍ਹ ਹਰ ਬੰਦਾ ਹੀ, ਮੈਂ ਤਾਂ ਕਹਾਂਗੀ ਅੱਜ ਦੇ ਜ਼ਮਾਨੇ 'ਚ ਸੈਲੀਬ੍ਰਿਟੀ ਬਣ ਗਿਆ। ਸੋਸ਼ਲ ਮੀਡੀਆ ਆ ਗਿਆ, ਹਰ ਇੱਕ ਨੂੰ ਦੇਖੋ ਇੰਜ ਹੱਥ ਕੀਤਾ ਹੁੰਦਾ, ਫੋਟੋ ਲੈ ਰਹੇ ਹੈ ਅਤੇ ਉਹ ਅਪਲੋਡ ਕਰ ਰਹੇ, ਪੋਸਟ ਕਰ ਰਹੇ, ਸਭ ਦੇ ਆਪਣੇ ਪੇਜ ਬਣ ਗਏ, ਸਭ ਦੇ ਆਪਣੇ ਫੋਲੋਅਰਸ, ਹੈ ਨਾ, ਸਭ ਆਪਣੇ ਲਾਈਕਸ ਗਿਣ ਰਹੇ ਆ ਜੀ। ਹਰ ਇੱਕ ਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਸਟਾਰ ਬਣ ਚੁੱਕਾ ਜੀ, ਮੈਂ ਪਤਾ ਨਹੀਂ ਕਿੰਨਾ ਵੱਡਾ ਇਨਸਾਨ ਬਣ ਚੁੱਕਾ। ਬਿਲਕੁਲ। ਅਤੇ ਹਰ ਇੱਕ ਕੋਈ ਉਹ ਉਹਨਾਂ 'ਚੋਂ ਜਿਹੜੇ ਪਰਸਨੈਲਿਟੀ ਦੇ ਚੇਂਜਸ ਬਹੁਤ ਜ਼ਿਆਦਾ ਦੇਖੇ ਗਏ ਆ ਜੀ ਜੀ। ਕੁਛ ਹੱਦ ਤੱਕ ਇਹ ਸਹੀ ਹੈ ਕਿਉਂਕਿ ਲੋਕੀ ਕੌਨਫੀਡੈਂਟ ਹੋ ਰਹੇ ਹੈ, ਆਪਣੇ ਆਪ ਨੂੰ ਮੀਡੀਆ 'ਤੇ ਆਉਣ ਤੋਂ ਘਬਰਾ ਨਹੀਂ ਰਹੇ ਜੀ। ਸੋ ਇਹਦੇ ਪੋਜ਼ਿਟਿਵ ਐਸਪੈਕਟ ਵੀ ਹੈਗੇ ਆ, ਸਾਨੂੰ ਹਰ ਇੱਕ ਚੀਜ਼ ਨੂੰ ਨਕਾਰਾਤਮਕ ਕਰਕੇ ਸਾਈਡ 'ਤੇ ਨਹੀਂ ਕਰ ਦੇਣਾ ਚਾਹੀਦਾ। ਬਿਲਕੁਲ ਜੀ। ਸਾਨੂੰ ਉਹਦੇ ਪੋਜ਼ਿਟਿਵ ਐਸਪੈਕਟ ਵੀ ਦੇਖਣੇ ਚਾਹੀਦੇ, ਅਤੇ ਮੈਂ ਮੰਨਾਂਗੀ ਇਹਦੇ ਨਾਲ ਸਭ ਦਾ ਕੌਨਫੀਡੈਂਸ ਬਿਲਡ ਹੋ ਰਿਹਾ, ਸਭ ਇਹ ਦਮ ਰੱਖ ਰਹੇ ਨੇ, ਅਤੇ ਕੌਣ ਆ ਸਕਦਾ ਸੀਗਾ ਮੀਡੀਆ ਦੇ ਸਾਹਮਣੇ, ਦੁਨੀਆ ਦੇ ਸਾਹਮਣੇ? ਸੋ ਅੱਜ ਦੇ ਬੱਚੇ ਉਹ ਦਮ ਜ਼ਰੂਰ ਰੱਖਦੇ ਆ, ਪਰ ਇਹਦੇ ਨਾਲ ਕੀ ਹੋ ਰਿਹਾ ਕਿ ਅੰਨੀ ਦੌੜ ਹੈ, ਰੈਟ ਰੇਸ ਸ਼ੁਰੂ ਹੋ ਗਈ ਹੈ। ਬਿਲਕੁਲ। ਤੈਨੂੰ ਕਿੰਨੇ ਲਾਈਕਸ ਮਿਲੇ, ਮੈਨੂੰ ਕਿੰਨੇ ਲਾਈਕਸ ਮਿਲੇ, ਜੇ ਮੈਨੂੰ ਸੋਸ਼ਲ ਮੀਡੀਆ 'ਤੇ ਲਾਈਕਸ ਨਹੀਂ ਮਿਲੇ, ਮੇਰੀ ਡਰੈਸ ਪਸੰਦ ਨਹੀਂ ਕੀਤੀ ਗਈ, ਤੇ ਮੈਂ ਕਿਤੇ ਡਿਪਰੈਸ਼ਨ 'ਚ ਤੇ ਨਹੀਂ ਜਾ ਰਹੀ? ਬਿਲਕੁਲ। ਇੱਧਰ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਹੋਏ ਹੈ ਜਿਹਦੇ 'ਚ ਬੱਚੇ ਇਸ ਗੱਲ ਤੋਂ ਹੀ ਹਤਾਸ਼ ਜਾਂ ਨਿਰਾਸ਼ ਹੋ ਗਏ ਹੈ ਕਿ ਜੀ ਮੈਨੂੰ ਲਾਈਕ ਨਹੀਂ ਮਿਲੇ। ਬਿਲਕੁਲ। ਉਹ ਸੱਚੀ ਦੋਸਤੀ
ਜਿਹੜੀ ਅਸੀਂ ਜੀ ਹੈ ਮੈਡਮ ਜੀ, ਕੀ ਉਹ ਅੱਜ ਹੈਗੀ ਹੈ? ਕੀ ਉਹ ਸਿਰਫ ਲਾਈਕਸ ਇਹ ਅੰਗੂਠਾ ਹੀ ਬਣ ਕੇ ਰਹਿ ਗਈ ਹੈ? ਮੈਂ ਵੀ ਜੀ ਹੈ ਮੈਡਮ, ਥੋੜੀ ਜਿਹੀ ਤਾਂ ਸਾਡੇ ਜਮਾਨੇ ਚ ਮਤਲਬ ਫੈਸ਼ਨ ਨੂੰ ਬੜਾ ਉੱਪਰ ਆ ਗਿਆ, ਤੋ ਐਨੀ ਜੀ ਹੈ ਨਹੀਂ ਕਿ ਤੁਸੀਂ ਐਨੀ ਜੀ ਹੋ ਪਰ ਅਸੀਂ ਤੁਹਾਡੀ ਜੀ ਰਹੇ ਹਾਂ, ਅਸੀਂ ਵੀ ਹੈਗੇ ਹਾਂ ਸੋਸ਼ਲ ਮੀਡੀਆ ਤੇ ਜੀ, ਪਰ ਉਹਨੂੰ ਸਹੀ ਤਰੀਕੇ ਨਾਲ ਆਪਣੇ ਇਨਹੈਂਸਮੈਂਟ ਵਾਸਤੇ, ਆਪਣੀ ਬੜੋਤਰੀ ਵਾਸਤੇ ਇਸਤੇਮਾਲ ਕਰ ਰਹੇ ਹਾਂ, ਪਰ ਉਹਦੇ ਗੁਲਾਮ ਨਹੀਂ ਬਣ ਰਹੇ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਜੀ। ਮੈਡਮ ਰੀਨਾ ਜੀ, ਤੁਹਾਡੇ ਵੱਲ ਆਵਾਂਗੀ। ਕਹਿੰਦੇ ਕਿ ਇੱਕ ਬੱਚਾ ਆਪਣੀ ਮਾਂ ਦੇ ਕੋਲੋਂ ਬਹੁਤ ਕੁਛ ਸਿੱਖਦਾ, ਬਹੁਤ ਕੁਛ ਕਿ ਬਹੁਤ ਜ਼ਿਆਦਾ ਕੁਛ ਸਿੱਖਦਾ ਹੈ, ਫਸਟ ਟੀਚਰ। ਬਿਲਕੁਲ ਜੀ। ਇਸ ਤੋਂ ਬਾਅਦ ਬੱਚਾ ਜਾਂਦਾ ਆ ਅਧਿਆਪਕਾਂ ਦੇ ਕੋਲ। ਅੱਛਾ, ਅਧਿਆਪਕ ਅਤੇ ਮਾਪੇ ਅਜਿਹਾ ਕੀ ਉਪਰਾਲੇ ਕਰਨ ਜਿਨ੍ਹਾਂ ਦੇ ਨਾਲ ਵਿਦਿਆਰਥੀਆਂ ਦੇ ਵਿੱਚ, ਬੱਚਿਆਂ ਦੇ ਵਿੱਚ ਫੈਸ਼ਨ ਦੀ ਅੰਨੀ ਦੌੜ ਨਾ ਲੱਗੇ, ਪਰ ਲੋੜ ਅਨੁਸਾਰ ਹੀ ਫੈਸ਼ਨ ਕੀਤਾ ਜਾਵੇ? ਜੱਸੀ ਜੀ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ ਜੀ, ਸਾਡੀ ਇਹ ਹਮੇਸ਼ਾ ਸੋਚ ਹੁੰਦੀ ਹੈ ਕਿ ਬੱਚਾ ਸਾਡਾ ਹਰ ਉਹ ਕੰਮ ਕਰੇ ਜਿਹੜਾ ਸਮਾਜ ਦੇ ਵਿੱਚ ਅਸੈਪਟੇਬਲ ਹੋਏ। ਜੀ ਜੀ। ਅਤੇ ਜੇ ਤੁਸੀਂ ਘਰ ਤੋਂ ਸਕੂਲ ਜਾਣ ਲੱਗੇ ਸਿਰਫ ਇੰਨੀ ਚੀਜ਼ ਸੋਚ ਕੇ ਚਲੇ ਜਾਓ ਕਿ ਜਿਹੜੇ ਸਕੂਲ 'ਚ ਜਿੰਨੇ ਬੱਚੇ ਨੇ ਉਹ ਮੇਰੇ ਆਪਣੇ ਬੱਚੇ ਨੇ ਜੀ, ਬਿਊਟੀਫੁਲ, ਅਤੇ ਬਸ ਉੱਥੇ ਸਭ ਕੁਛ ਖਤਮ ਹੋ ਜਾਂਦਾ। ਬਿਲਕੁਲ ਜੀ। ਔਰ ਉੱਥੇ ਸਭ ਕੁਛ ਸ਼ੁਰੂ ਹੋ ਜਾਂਦਾ। ਬਿਲਕੁਲ ਜੀ। ਤੁਸੀਂ ਸ਼ੁਰੂਆਤ ਕਰਕੇ ਦੇਖੋ, ਉਹਨਾਂ ਬੱਚਿਆਂ ਨੂੰ ਆਪਣੇ ਬੱਚੇ ਮੰਨ ਕੇ ਸਮਝਾਉਣ ਦੀ ਕੋਸ਼ਿਸ਼ ਕਰਕੇ ਦੇਖੋ, ਸਾਰਾ ਸਮਾਜ ਬਦਲ ਜਾਏਗਾ। ਬਿਲਕੁਲ, ਬਿਲਕੁਲ ਸਹੀ। ਠੀਕ ਹੈ ਜੀ। ਅੱਛਾ ਮੈਡਮ, ਤੁਹਾਡੇ ਵੱਲ ਆਉਣਾ ਚਾਹਾਂਗੀ। ਕਹਿੰਦੇ ਕਿ ਕਿਸੇ ਟਾਈਮ ਹੁੰਦਾ ਸੀ ਬੱਚਿਆਂ ਨੂੰ ਪੜ੍ਹਨ ਦਾ ਬੜਾ ਕਰੇਜ਼ ਹੁੰਦਾ ਸੀ, ਕਿਤਾਬਾਂ, ਮਤਲਬ ਕਈ ਪੁਰਾਣੀ ਕਿਤੇ ਫੋਟੋ ਦੇਖ ਕੇ ਦੇਖੋ ਨਾ, ਕਿਤੇ ਪਬਲਿਕ ਪਲੇਸ ਦੀਆਂ ਕਿਤਾਬਾਂ ਜਾਂ ਅਖਬਾਰਾਂ ਫੜ ਕੇ ਲੋਕ ਖੜੇ ਹੁੰਦੇ ਸੀ। ਪਰ ਅੱਜ ਜਿੱਥੇ ਕਿਤਾਬਾਂ ਜਾਂ ਅਖਬਾਰਾਂ ਸੀ ਉੱਥੇ ਆ ਗਏ ਮੋਬਾਈਲ ਫੋਨਸ, ਲਾਇਬ੍ਰੇਰੀਆਂ ਦੀ ਥਾਂ 'ਤੇ ਬਿਊਟੀ ਪਾਰਲਰਸ, ਸੈਲੂਨਸ ਖੁੱਲ੍ਹ ਗਏ ਨੇ। ਕੀ ਫੈਸ਼ਨ ਨੇ ਸਾਡੀ ਜਿਹੜੀ ਇੱਕ ਮਾਨਸਿਕਤਾ ਹੈ ਉਹਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ? ਫੈਸ਼ਨ ਜਸਬੀਰ ਹਰ ਜਗ੍ਹਾ ਹੈ। ਅਸੀਂ ਕੀ ਖਾ ਰਹੇ ਹਾਂ, ਕੀ ਪਾ ਰਹੇ ਹਾਂ, ਕਿਵੇਂ ਟਰੈਵਲ ਕਰ ਰਹੇ ਹਾਂ, ਕਿੱਥੇ ਘੁੰਮਣ ਜਾ ਰਹੇ ਹਾਂ, ਕਿਹੜੀ ਕੁਰਸੀ 'ਤੇ ਬੈਠ ਰਹੇ ਹਾਂ ਜੀ, ਕਿਹੜੀ ਲਿਪਸਟਿਕ ਲਗਾ ਰਹੇ ਹਾਂ, ਕੀ ਕਿਹਦੇ ਨਾਲ ਕਿਹੜੇ ਮੋਬਾਈਲ 'ਤੇ ਗੱਲ ਕਰ ਰਹੇ ਹਾਂ, ਹਰ ਜਗ੍ਹਾ ਫੈਸ਼ਨ ਹੈ। ਇਟ ਇਜ਼ ਹਰ ਦੁਨੀਆ ਦੇ ਹਰ ਚੀਜ਼ 'ਚ ਆਪਣਾ ਇੰਨਾ ਹਾਵੀ ਹੋ ਚੁੱਕਾ ਹੈ, ਇੰਨਾ ਪ੍ਰਭਾਵ ਦਿਖਾ ਰਿਹਾ। ਜੀ ਜੀ। ਅਤੇ ਸਾਨੂੰ, ਅਸੀਂ ਇਸ ਬਾਰੇ ਇਹ ਸੋਚਣਾ ਹੈ ਕਿ ਫੈਸ਼ਨ ਆਫਕੋਰਸ ਪਹਿਲੇ ਵੀ ਸੀਗਾ। ਬਿਲਕੁਲ ਜੀ। ਤੁਸੀਂ ਰਾਜੇਸ਼ ਖੰਨਾ ਦਾ ਦੇਖੋ, ਬਿਲਕੁਲ ਸਿਰ ਮਾਰਨ ਦਾ ਸਟਾਈਲ, ਦੇਵਾਨੰਦ ਦਾ ਕਾਲਰ ਦੇਖੋ, ਜਤਿੰਦਰ ਦੇ ਚਿੱਟੇ ਸ਼ੂਜ਼ ਦੇਖੋ, ਅਮਿਤਾਭ ਬੱਚਨ ਦੀ ਚੌੜੀ ਪੈਂਟ ਦੇਖੋ, ਸਾਧਨਾ ਦਾ ਹੇਅਰ ਕੱਟ ਦੇਖੋ, ਫੈਸ਼ਨ ਪਹਿਲੇ ਵੀ ਸੀਗਾ ਜੀ, ਪਰ ਲੋਕਾਂ ਨੂੰ ਜਿਵੇਂ ਤੁਸੀਂ ਕਿਹਾ ਬੈਲੈਂਸ ਕਰਨਾ ਆਉਂਦਾ ਸੀ, ਪੜ੍ਹਾਈ ਦਾ ਮਹੱਤਵ ਪਤਾ ਸੀਗਾ ਜੀ ਜੀ, ਉਹ ਚਾਹੁੰਦੇ ਸੀ ਕਿ ਅਸੀਂ ਪੜ੍ਹ ਕੇ ਕੁਛ ਬਣਨਾ ਹੈ ਜੀ ਜੀ, ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਜਿਵੇਂ ਮੈਡਮ ਨੇ ਹੁਣੇ ਕਿਹਾ ਹੈ, ਸਾਨੂੰ ਅਧਿਆਪਕਾਂ ਨੂੰ, ਸਾਡੇ ਸਮਾਜ ਨੂੰ ਇਹ ਬਹੁਤ ਲੋੜ ਹੈ ਕਿ ਬੱਚਿਆਂ ਨੂੰ ਸਮਝਾਈਏ ਅਤੇ ਦੱਸੀਏ ਕਿ ਸਿਰਫ ਇਹੀ ਦੁਨੀਆ ਨਹੀਂ ਹੈ। ਬਿਲਕੁਲ ਜੀ। ਹੁਣ ਦੇਖੋ ਤੁਸੀਂ, ਬਹੁਤ ਸਾਰੇ ਸੈਲੀਬ੍ਰਿਟੀਜ਼ ਇੱਕਦਮ ਚੜ ਜਾਂਦੇ। ਬਿਲਕੁਲ। ਮੈਂ ਬਹੁਤ ਸਾਰੇ ਨਾਮ ਮੇਰੇ ਦਿਮਾਗ 'ਚ ਆ ਰਹੇ ਹੈ ਜਿਹੜੇ ਫਿਲਮ ਸਟਾਰਸ, ਟੀ ਵੀ ਸ਼ੋਜ਼ ਦੇ ਸੈਲੀਬ੍ਰਿਟੀਜ਼ ਇੱਕਦਮ ਚੜ ਜਾਂਦੇ, ਔਰ ਪਰ ਡਿੱਗ ਜਾਂਦੇ ਕਿਉਂਕਿ ਪੋਪੂਲੈਰਿਟੀ ਖਤਮ ਹੋ ਜਾਂਦੀ, ਫਿਰ ਉਹਨਾਂ ਦੇ ਹੱਥ 'ਚ ਕੀ ਰਹਿ ਗਿਆ? ਬਿਲਕੁਲ ਜੀ। ਔਰ ਪੜ੍ਹਾਈ ਇਹੋ ਜਿਹੀ ਦੌਲਤ ਹੈ ਜਿਹੜੀ ਕਦੀ ਕੋਈ ਸਾਡੇ ਤੋਂ ਖੋ ਨਹੀਂ ਸਕਦਾ। ਬਿਲਕੁਲ ਜੀ, ਬਿਲਕੁਲ। ਕਦੀ ਕੋਈ ਲੈ ਨਹੀਂ ਸਕਦਾ, ਇਹ ਉੱਪਰਲਾ ਪਹਿਰਾਵਾ ਚਮਚਮ ਤੇ ਢਲ ਜਾਣੀ ਹੈ। ਬਿਲਕੁਲ ਜੀ, ਹਾਂ। ਤੇ ਸਿਰਫ ਉਹੀ ਸਾਡੀ ਕੀਮਤਾਂ, ਕਦਰਾਂ ਤੇ ਸਾਡੀ ਜਿਹੜੀ ਐਜੂਕੇਸ਼ਨ ਹੈ ਉਹੀ ਸਾਡੇ ਕੋਲ ਰਹਿ ਜਾਣੀ ਹੈ, ਇਹੀ ਅਸਲੀ ਦੌਲਤ ਹੈ। ਬਿਲਕੁਲ ਜੀ, ਬਿਲਕੁਲ ਜੀ ਜੀ ਜੀ। ਕਹਿੰਦੇ ਕਿ ਸ਼ਿੰਗਾਰ ਕਰਨਾ ਔਰਤ ਦਾ ਸ਼ਾਇਦ ਜਮਾਂਦਰੂ ਅਧਿਕਾਰ ਹੈ, ਰੱਬ ਨੇ ਸ਼ਾਇਦ ਦੇ ਦਿੱਤਾ, ਸ਼ਾਇਦ ਵੀ ਹੱਕਦਾਰ ਬਣਦੀਆਂ ਨੇ। ਬਿਲਕੁਲ। ਕਹਿੰਦੇ ਕਿ ਤੜਕੇ ਉੱਠ ਕੇ ਰਿੜਕਣਾ ਨਾ ਪਵੇ, ਮੰਦਾ ਹਾਲ ਹੋਇਆ ਮਧਾਣੀਆਂ ਦਾ, ਹੁਣ ਤਾਂ ਪੈਂਸਲਾਂ ਨਾਲ ਹੀ ਕੰਮ ਸਾਰ ਲੈਂਦੀਆਂ, ਕੀ ਬਣੂਗਾ ਸੁਰਮੇਦਾਨੀਆਂ ਦਾ। ਫੈਸ਼ਨ ਉਸ ਟਾਈਮ ਵੀ ਸੀ। ਬਿਲਕੁਲ। ਤੁਹਾਨੂੰ ਕੀ ਲੱਗਦਾ ਕਿ ਅਗਰ ਮੁਕਾਬਲਾ ਦੇਖਿਆ ਜਾਵੇ, ਹਾਲਾਂਕਿ ਤੇ ਮੈਂ ਕਹਿ ਦਿੱਤਾ ਕਿ ਔਰਤਾਂ ਦਾ ਹੱਕ ਹੈ, ਕੀ ਮਰਦਾਂ ਦੇ ਵਿੱਚ ਫੈਸ਼ਨ ਜ਼ਿਆਦਾ ਜਾਂ ਔਰਤਾਂ ਦੇ ਵਿੱਚ? ਇੱਕ ਬੈਲੈਂਸ ਆਮ ਜ਼ਿੰਦਗੀ ਵਿੱਚ ਦੇਖੀਏ ਤਾਂ ਮੈਂ ਤੁਹਾਡੇ ਵੱਲ ਦੇਖੋ, ਫੈਸ਼ਨ ਵੈਸੇ ਥੋੜਾ ਜਿਹਾ ਸੋਝ ਨੋ ਡਾਊਟ ਫੈਸ਼ਨ ਲੜਕੇ ਵੀ ਕਰਦੇ ਨੇ, ਲੜਕੀਆਂ ਵੀ ਕਰਦੀਆਂ, ਲੜਕੀਆਂ 'ਚ ਫੈਸ਼ਨ। ਠੀਕ ਹੈ ਜੀ। ਸੋ ਜੀ, ਗੱਲਾਂ ਹੋਈਆਂ ਨੇ ਫੈਸ਼ਨ ਦੇ ਬਾਰੇ ਵਿੱਚ, ਅਤੇ ਫੈਸ਼ਨ ਔਰਤ ਮਰਦ ਸਾਰੇ ਹੀ ਕਰਦੇ ਨੇ, ਅਤੇ ਮੈਂ ਆਪਣੇ ਅੱਜ ਦੇ ਮਹਿਮਾਨਾਂ ਦੇ ਕੋਲ ਇੱਕ ਸੁਨੇਹਾ ਜ਼ਰੂਰ ਲੈਣਾ ਚਾਹਾਂਗੀ ਕਿ ਤਾਂ ਕਿ ਸਾਡੇ ਦਰਸ਼ਕਾਂ ਨੂੰ, ਨੌਜਵਾਨਾਂ ਨੂੰ ਬਹੁਤ ਵਧੀਆ ਸੇਧ ਮਿਲ ਸਕੇ। ਜੀ ਮੈਡਮ, ਤੁਹਾਡੇ ਵੱਲੋਂ ਚੰਦ ਕੇ ਸੈਕਿੰਡ ਦਾ ਸਮਾਂ ਹੈ ਸਾਡੇ ਕੋਲ। ਮੇਰੇ ਬੱਚਿਆਂ ਨੂੰ ਕੀ ਵੱਡਾ ਮੈਸੇਜ ਹੈ ਕਿ ਫੈਸ਼ਨ, ਇਹ ਸ਼ਾਇਦ ਅਸੀਂ ਸੋਚਦੇ ਹੀ ਨਹੀਂ ਹਾਂ ਕਿ ਵਾਤਾਵਰਨ ਵਾਸਤੇ ਕਿੰਨਾ ਖਰਾਬ ਹੈ। ਅਸੀਂ ਟੀ ਸ਼ਰਟ ਲਿੱਤੀ, ਮੋਬਾਈਲ 'ਤੇ ਸੈਲਫੀ ਅਪਲੋਡ ਕੀਤੀ, ਹੁਣੇ ਮੈਂ ਮੋਬਾਈਲ 'ਤੇ ਅਪਲੋਡ ਕਰ ਚੁੱਕੀ ਹਾਂ, ਇਹ ਮੈਂ ਟੀ ਸ਼ਰਟ ਦੁਬਾਰਾ
नहीं पानी इनू असी कहंदे आ फास्ट फैशन जी जी ओ मैं टी-शर्ट सुट दित्ती जी की मैं एक पल वास्ते भी सोचा कि ओदे उत्ते किन्नी डाइज लगी उस कपड़े नू उगान वास्ते किन्ना पानी किन्ने पेस्टिसाइड्स किन्नी ओदे उत्ते मेहनत लगी एक बार पाके मैं उन्नू सुट दिता मैं अपनी धरती मां दे कुखिच जी जी ओथे ओ सत्यानाश कर रही है मेरी धरती नू ओ गल नहीं रहा है नुकसान पहुंचा रहा है। हाँ दर्शकों सुन लो साडे मैडम ने बहुत ही वधिया मैसेज दिता ते इत्थे गौर फरमाना है ते मैडम रीना जी तुहाडे कोलों भी एक छोटा जिहा सुनेहा जरूर लैणा चाहिए जिहड़ा साडे बच्चे बिल्कुल दिमाग ते जाके लगे कि हाँ यही हमेशा गल याद रखनी। मैं दर्शकों नू और बच्चों नू इक्को ही चीज कहना चाहवांगी कि फैशन करो जरूर करो ये साडे व्यक्तित्व नू निखारदा है जी पर उस तरीके नाल करो जिहड़ा तुहानू उसारू ਜਿਹੜਾ ਹੈਗਾ ਉਸ ਸਾਈਡ ਤੇ ਲੈ ਕੇ ਜਾਵੇ ਜਿਹੜਾ ਨਿਗਾਰ ਵੱਲ ਲੈ ਕੇ ਜਾਵੇ ਉਹ ਕਦੇ ਵੀ ਨਾ ਕਰੋ। ਬਿਲਕੁਲ ਜੀ ਸੋ ਜੀ ਸਿੱਟਾ ਇਹ ਨਿਕਲਦਾ ਹੈ ਕਿ ਲੋੜ ਤੋਂ ਵੱਧ ਕੀਤਾ ਗਿਆ ਤੇਜ਼ ਤਰਾਰ ਫੈਸ਼ਨ ਹਮੇਸ਼ਾ ਹੀ ਉਕਸਾਊ ਰੁਚੀਆਂ ਪੈਦਾ ਕਰਦਾ ਹੈ ਆਪਣੀਆਂ ਸੱਭਿਅਤਾ ਦੀਆਂ ਲੀਹਾਂ ਨੂੰ ਟੱਪ ਕੇ ਨੰਗੇਜ਼ਪਨ ਵੱਲ ਜਾ ਕੇ ਫੈਸ਼ਨ ਕਦੀ ਵੀ ਚੰਗਾ ਨਹੀਂ ਹੁੰਦਾ ਸਾਡੇ ਸਰੀਰ ਦੀ ਜਿਹੜੀ ਨੁਮਾਇਸ਼ ਕਰੇ ਸੋ ਆਪਣੀ ਸੂਰਤ ਦੇ ਨਾਲ ਨਾਲ ਅਗਰ ਸੀਰਤ ਨੂੰ ਵੀ ਖੂਬਸੂਰਤ ਬਣਾਇਆ ਜਾਵੇ ਤਾਂ ਮੇਰੇ ਖਿਆਲ ਉਹ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਸੋ ਫੈਸ਼ਨ ਕਰੋ ਪਰ ਇੰਨਾ ਕਿ ਉਹ ਜਨੂੰਨ ਨਾ ਬਣ ਜਾਵੇ ਅਤੇ ਸਾਡੀ ਜੋ ਅਸਲੀ ਸਾਡਾ ਹਿਸਾਬ ਕਿਤਾਬ ਹੈ ਸਾਡੀ ਜ਼ਿੰਦਗੀ ਉਹਨੂੰ ਕਿਤੇ ਖਤਮ ਨਾ ਕਰ ਦੇਵੇ ਸੋ ਸਾਡਾ ਕੰਮ ਹੈ ਜਗਾਉਣਾ ਅਸੀਂ ਜਗਾ ਰਹੇ ਹਾਂ ਉਹ ਤੁਹਾਡੇ 'ਤੇ ਹੈ ਤੁਸੀਂ ਜਾਗੋ ਜਾਂ ਨਾ ਜਾਗੋ ਸੋ ਸਾਡੇ ਆਏ ਹੋਏ ਮਹਿਮਾਨਾਂ ਦਾ ਮੈਡਮ ਰੀਨਾ ਜੀ ਦਾ ਮੈਡਮ ਹਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਇੰਨੀ ਵੱਡੀ ਜਾਣਕਾਰੀ ਸ਼ੁਕਰੀਆ।